दुनिया के कोने कोने विच जुड़े अज की आवाज वैब टैलीविजन के सारे रब वर्ग के स्रोतियां नूं हरदेव सिंह कालकड़ वालों निघा स्वागत जियो आया नूं सारयां नूं प्यार भरी सत श्री अकाल। दोस्तों होंगकोंग दे विच आउण वाली 10 तरीक दिन ऐतवार नूं डिस्ट्रिक्ट कौंसल दे इलैक्शन हो रहे हैं। दोस्तों होंगकोंग दे विच टोटल 18 जिले हैं, इन्हां 18 जिलों के विचों एक जिले का नाम है झाओ चेम मोंग। इस जिले के विचों पंजाबी नौजवान जिमी बलजिंदर सिंह नूं न्यू पीपल पार्टी वालों टिकट दी गई है। दोस्तों यह होंगकोंग के इतिहास में पहली बारी हो रहा है कि किसी भारतीय मूल निवासी पंजाबी सिख नौजवान नूं टिकट दी गई है। दोस्तों आने वाली 10 तरीक नूं इलैक्शन हैं, साढ़े नाल मौजूद हैं मौके के जिहड़े उम्मीदवार आ जिमी बलजिंदर सिंह, उन्हां नाल करदे आ गलबात, उन्हां तों पुछांगे कि उन्हां दा की हैगा ये वोटां दा की पर्पल की आ मेन मकसद की आ। भाजी पहला तो स्वागत है तुहाडा बहुत बहुत अज दी आवाज टैलीविजन ते, ते दूजा तुहानू बहुत बहुत मुबारकां क्योंकि तुसीं ये मुकाम ते पहुंचे आ। आई थिंक मे बी होंगकोंग दे विच इंडियन भारतीय लोगों सिखां दी जे गल करिए 100 साल तो वध दा समां हो गया है। तुसीं एक पहले इंसान हो कि जिन्हां नूं न्यू पीपल पार्टी दे वलों टिकट दित्ती गई है। सब तो पहला तुसीं मैनूं थोड़ा जिहा अपने बैकग्राउंड बारे दसो कि तुहाडा बचपन तुहाडा जन्म उह कित्थों दा है। हाँ जी सारयां नूं सति श्री अकाल। हाँ जी मैं तुहाडा जिमी सिंह बलजिंदर, ते वीर जी साडी जंपल इत्थों दी आ, ते असीं पढ़ाई वी होंगकोंग च कीती आ। वैरी गुड। ते असीं ज्यादा गवर्नमेंट हाउसिंग च रहे आ। ओके। ते ओह इलाका सीगा छायवान, ओहनूं कह लो इदां छायवान छायवान कहिंदे आ। ओके। ते उत्थों असीं जंपल वड्डे होए आ। साडा थोड़ा जिहा डाइवर्सिटी जिदां चीनियां चूनियां नाल खेडणा ज्यादा सीगा, ते आपणे पंजाबी वी उदों घट होंदे सी होंगकोंग च ਵੀ ਗਿਣਤੀ ਚ, ਤੇ ਪੜ੍ਹੇ ਲਿਖੇ ਵੀ ਇੱਥੇ ਹੀ ਆ, ਪੜ੍ਹਾਈ ਵੀ ਇੱਥੋਂ ਕੀਤੀ ਆ, ਫੋਰਮ 5 ਤੱਕ ਕੀਤਾ, ਸੈਕੰਡਰੀ 5 ਜਿਹਨੂੰ ਕਹਿ ਦਿੰਦੇ ਆ ਆਪਾਂ, ਬਾਅਦ ਚ ਯੂਨੀਵਰਸਿਟੀ ਕੀਤੀ ਆ, ਤੇ ਆਪਣੇ ਕੋਲ ਮਾਸਟਰ ਡਿਗਰੀਆਂ ਨੇ 2। ਹਾਂਜੀ ਵੈਰੀ ਗੁੱਡ। ਤੇ ਬਾਕੀ ਪੋਸਟ ਗ੍ਰੈਜੂਏਟ ਦੀਆਂ ਡਿਗਰੀਆਂ ਨੇ 2-3 ਉਹ ਵੀ। ਹਾਂਜੀ ਇੱਦਾਂ ਦੀ ਵੀ ਅਸੀਂ ਹੁਣ 47 ਈਅਰਸ ਹੋ ਗਏ ਸਾਨੂੰ ਇੱਥੇ। ਵੈਰੀ ਗੁੱਡ ਵੈਰੀ 47 ਈਅਰਸ ਵੈਰੀ ਗੁੱਡ ਵੈਰੀ ਗੁੱਡ। ਤੇ ਤੁਸੀਂ ਕੋਈ ਜੌਬ ਵਗੈਰਾ ਕਰਦੇ ਹੋ ਜਾਂ ਕੋਈ ਆਪਣਾ ਕਾਰੋਬਾਰ, ਮਤਲਬ ਕਿਸ ਤਰ੍ਹਾਂ ਤੁਸੀਂ ਕੋਈ ਸਰਕਾਰੀ ਜੌਬ ਇੱਥੇ ਕੀਤੀ ਵੀ ਹਾਂਗਕਾਂਗ ਦੇ ਵਿੱਚ ਜਾਂ ਤੁਸੀਂ ਕੋਈ ਆਪਣਾ ਕੋਈ ਕਾਰੋਬਾਰ? ਹਾਂਜੀ ਵੀਰ ਜੀ ਅਸੀਂ ਪਹਿਲਾਂ ਸਰਕਾਰੀ ਨੌਕਰੀ 'ਚ ਸੀਗੇ, ਤੇ ਅਸੀਂ ਸੀਗੇ ਪ੍ਰਿਜ਼ਨ ਡਿਪਾਰਟਮੈਂਟ 'ਚ। ਉਹ CSD ਉਦੋਂ ਸੀ, ਉਹਨੂੰ ਕਹਿੰਦੇ ਸੀ ਪ੍ਰਿਜ਼ਨ ਡਿਪਾਰਟਮੈਂਟ, ਪ੍ਰਿਜ਼ਨ ਡਿਪਾਰਟਮੈਂਟ, ਕਿਉਂਕਿ ਗੋਰਿਆਂ ਦੇ ਅੰਦਰ ਜਦੋਂ ਹੁੰਦਾ ਸੀਗਾ ਉਦੋਂ ਪ੍ਰਿਜ਼ਨ ਡਿਪਾਰਟਮੈਂਟ ਕਹਿੰਦੇ ਸੀਗੇ ਜੀ। ਤੇ ਬਾਅਦ 'ਚ ਫਿਰ ਉਹਨੇ ਨਾਂ ਚੇਂਜ ਕਰਕੇ ਕਰਤਾ ਕਰੈਸ਼ਨਲ ਸਰਵਿਸ ਡਿਪਾਰਟਮੈਂਟ। ਓਕੇ। ਤੇ ਉੱਥੇ ਅਸੀਂ ਕੰਮ ਕੀਤਾ 10 ਸਾਲ। ਵੈਰੀ ਗੁੱਡ। ਤੇ ਜ਼ਿਆਦਾ ਉਦੋਂ ਮੈਂ ਸਪੋਰਟਸ 'ਚ ਸੀਗਾ ਉੱਥੇ, ਕਿਉਂਕਿ ਮੈਂ ਡਿਪਾਰਟਮੈਂਟ ਨੂੰ ਰਿਪ੍ਰੈਜ਼ੈਂਟ ਕਰਦਾ ਸੀਗਾ, ਕਿਉਂਕਿ 100 ਮੀਟਰ 'ਚ, 200 ਮੀਟਰ 'ਚ ਤੇ ਲੌਂਗ ਜੰਪ 'ਚ, ਮਤਲਬ ਤੁਸੀਂ ਸਪੋਰਟਸਮੈਨ ਵੀ ਨਾਲ ਲਾਣਾ ਸੀ। ਹਾਂਜੀ ਵੈਰੀ ਗੁੱਡ। ਕਿਉਂਕਿ ਅਸੀਂ ਹਾਂਗਕਾਂਗ ਦੀਆਂ ਖੇਡਾਂ 'ਚ ਵੀ ਖੇਡਦੇ ਰਹੇ ਹਾਂ, ਕੰਪੀਟੀਸ਼ਨ ਉਹ 'ਚ ਵੀ ਬਹੁਤ ਮੈਡਲਸ ਲਿਆਂਦੇ ਨੇ, ਉਹ ਵੀ ਭੱਜਣ 'ਚ, ਰਿਲੇਅ 'ਚ, ਜਿੱਦਾਂ 4x100 ਮੀਟਰ, 4x400 ਮੀਟਰ। ਹਾਂਜੀ ਤੇ ਹਾਕੀ ਵੀ ਖੇਡਦੇ ਰਹੇ ਹਾਂਗਕਾਂਗ 'ਚ, ਹਾਕੀ ਵੀ ਰਿਪ੍ਰੈਜ਼ੈਂਟ ਕੀਤੀ ਸੀ ਅਸੀਂ ਹਾਂਗਕਾਂਗ ਟੀਮ 'ਚ, ਯੂਥ, ਇੱਦਾਂ ਇਹੋ ਜਿਹੇ ਸਪੋਰਟਸ ਸੀ ਵੀਰ ਜੀ। ਵੈਰੀ ਗੁੱਡ। ਤੇ ਜਿਹੜੀ ਤੁਹਾਨੂੰ ਹੁਣ ਇਹ ਨਿਊ ਪੀਪਲ ਪਾਰਟੀ ਦੇ ਵੱਲੋਂ ਤੁਹਾਨੂੰ ਇਹ ਟਿਕਟ ਦਿੱਤੀ ਗਈ ਆ, ਇਹ ਤੁਸੀਂ ਕਿਸ ਕੋਈ ਆਪਣਾ ਬੰਦੇ ਦਾ ਹਰੇਕ ਦਾ ਟਾਰਗੇਟ ਹੁੰਦਾ ਕਿ ਜਿੱਦਾਂ ਤੁਸੀਂ, ਤੁਹਾਡੀ ਇੱਕ ਇੱਥੇ NGO ਵੀ ਆ, ਅਸੀਂ ਤਾਂ ਆਪਣੇ ਸਮੇਂ-ਸਮੇਂ ਤੇ ਤੁਹਾਡੀਆਂ ਵੱਖ-ਵੱਖ ਖਬਰਾਂ ਲਾਉਂਦੇ ਰਹਿੰਦੇ ਆ, ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ, ਤੁਹਾਡਾ ਜਿਹੜਾ ਪਾਰਟੀ ਦਾ ਏਮ ਕੀ ਆ, ਜਾਂ ਇੱਕ ਵੋਟਾਂ ਦਾ ਹੁੰਦਾ ਕਿ ਵੋਟਾਂ ਦਾ ਚੋਣ ਮੈਨੀਫੈਸਟ ਹੁੰਦਾ ਕਿ ਅਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟਾਂ ਦੇ ਵਿੱਚ ਖੜੇ ਹੋਏ ਹਾਂ, ਜਾਂ ਤੁਹਾਨੂੰ ਕੀ ਲੱਗਦਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਲੋਕਾਂ ਨੂੰ ਕੀ ਮੁਸ਼ਕਲਾਂ ਆ ਰਹੀਆਂ ਹਨ ਕਿ ਜਿਹੜੀਆਂ ਨਹੀਂ ਆਉਣੀਆਂ ਚਾਹੀਦੀਆਂ? ਹਾਂਜੀ ਵੀਰ ਜੀ ਆਪਾਂ ਥੋੜਾ ਜਿਹਾ ਪਹਿਲਾਂ ਗੱਲ ਕਰਾਂਗੇ ਵੀ ਆਪਾਂ 1997 ਜਿਹਨੂੰ ਕਹਿ ਦਿੰਦੇ 97 ਜੀ, ਉਹਦੇ ਬਾਅਦ ਚੋਂ ਆਪਣੇ ਜਿਹੜੇ ਐਥਨਿਕ ਮਾਈਨੋਰਿਟੀ ਸੀ, ਹਨਾ, ਜਿੱਦਾਂ ਆਪਾਂ ਪੰਜਾਬੀ ਹੋ ਗਏ, ਪਾਕਿਸਤਾਨੀ ਹੋ ਗਏ, ਜਾਂ ਨੇਪਾਲੀ ਹੋ ਗਏ ਜੀ, ਫਿਲੀਪੀਨਸ ਹੋ ਗਏ, ਇੰਡੋਨੇਸ਼ੀਅਨਸ ਹੋ ਗਏ ਜੀ, ਉਹ ਜਿਹੜਾ ਇੱਕ 10-15 ਸਾਲ ਦਾ ਨਾ ਆਪਾਂ ਨੂੰ ਗੈਪ ਜਿਹਾ ਸੀ। ਗੈਪ ਕਾਹਦਾ ਸੀ ਉਹ ਮੈਂ ਤੁਹਾਨੂੰ ਦੱਸ ਸਕਦਾ ਵੀ ਗੈਪ ਸੀ ਜਿੱਦਾਂ ਹੁਣ ਵੀ ਆਪਾਂ ਬੱਚੇ ਜਿੱਦਾਂ ਹੋ ਗਏ ਤੇ ਸਾਡਾ ਮਾਂ ਪਿਓ ਚੱਲ ਗਿਆ ਇੱਥੋਂ ਜੀ, ਦੈਟ ਮੀਨਸ ਗੋਰੇ ਚਲੇ ਗਏ, ਉਹ ਇੱਕ ਗੈਪ ਇਹੋ ਜਿਹਾ ਸੀਗਾ ਵੀ ਨਾ ਹੀ ਕੋਈ ਸਾਡੀ ਗੱਲ
ਸੁਣਦਾ ਸੀਗਾ ਐਥਨਿਕ ਮਾਈਨੋਰਿਟੀ ਦੀ, ਨਾ ਹੀ ਕੋਈ ਸਾਡੀ ਸਪੋਰਟ ਕਰਦਾ ਸੀ ਉਸ ਵੇਲੇ, ਹੈਨਾ, ਕਿਉਂਕਿ ਉੱਥੋਂ ਬਹੁਤ ਚੇਂਜਸ ਆ ਗਈਆਂ ਸੀਗੀਆਂ ਵੀ ਗਵਰਨਮੈਂਟ ਤੁਸੀਂ ਜੇ ਜੁਆਇਨ ਕਰਨਾ ਜਾਂ ਤੁਹਾਨੂੰ ਚੀਨੀ ਲਿਖਣੀ ਆਉਣੀ ਆ ਚਾਹੀਦੀ ਆ ਜਾਂ ਬੋਲਣੀ ਚਾਹੀਦੀ ਆ। ਉਹ ਇਹੋ ਜਿਹਾ ਇੱਕ 10-15 ਸਾਲ ਦਾ ਪੀਰੀਅਡ ਸੀਗਾ ਜਿੱਥੇ ਆਪਣੇ ਐਥਨਿਕ ਮਾਈਨੋਰਿਟੀ ਬਹੁਤ ਮੁਸ਼ਕਿਲਾਂ ਪਈਆਂ ਸੀਗੀਆਂ ਵੀਰ ਜੀ। ਤੋਂ ਉਦੋਂ ਆਪਾਂ ਫਿਰ ਇਹ ਦੇਖ ਕੇ ਆਪਾਂ ਐਨ ਜੀ ਓ ਖੋਲ੍ਹੀ, ਆਪਾਂ ਆਪਣੀ ਕਮਿਊਨਿਟੀ ਦੀ ਮਦਦ ਕੀਤੀ, ਜਿੱਥੇ ਜਿੱਥੇ ਆਪਾਂ ਗੌਰਮੈਂਟ ਨਾਲ ਜਾ ਕੇ ਵੀ ਕਨਵਰਸੇਸ਼ਨ ਵੀ ਕੀਤਾ ਵੀ ਚਾਈਨੀਜ਼ ਰਿਕੁਆਇਰਮੈਂਟ ਤੁਸੀਂ ਇੰਨਾ ਨਾ ਸਖਤ ਕਰੋ ਕਿਉਂਕਿ ਆਪਣੇ ਜਿਹੜੇ ਯੂਥ ਆ ਉਹ ਪੜ੍ਹ ਲਿਖ ਕੇ ਜੁਆਇਨ ਕਰਨਾ ਚਾਹੁੰਦੇ ਪਰ ਉਹਨਾਂ ਦੀ ਚਾਈਨੀਜ਼ ਨਹੀਂ ਇੰਨੀ ਚੰਗੀ। ਉੱਥੋਂ ਫਿਰ ਆਪਾਂ ਸਟੈਪ ਬਾਏ ਸਟੈਪ ਹੌਲੀ ਹੌਲੀ ਕੰਮ ਕਰਾਏ ਲੋਕਾਂ ਦੇ, ਹਾਊਸਿੰਗ ਦੇ ਕਰਾਏ, ਲੋਕਾਂ ਨੂੰ ਜੋਬਸ ਦਵਾਈਆਂ ਗਵਰਨਮੈਂਟ ਚ। ਉੱਥੋਂ ਫਿਰ ਮੈਨੂੰ ਲੋਕੀ ਕਹਿਣ ਲੱਗ ਪਏ ਵੀ ਜਿਵੇਂ ਤੂੰ ਲੋਕਾਂ ਦੀ ਮਦਦ ਕਰਦਾ ਤੇ ਤੂੰ ਐਨ ਜੀ ਓ ਕਿਉਂ ਨੀ ਖੋਲ ਲੈਂਦਾ ਉਹਦਾ। ਮੈਂ ਕਿਹਾ ਇਹ ਵੀ ਗੱਲ ਸਹੀ ਆ ਕਿਉਂਕਿ ਐਨ ਜੀ ਓ ਖੋਲਿਆ ਲੋਕਾਂ ਨੂੰ ਪਤਾ ਲੱਗੂਗਾ ਵੀ ਕਿੱਥੇ ਜਾਣਾ, ਕਿਹੜੇ ਐਨ ਜੀ ਓ ਨੂੰ ਲੱਭਣਾ। ਤੇ ਉੱਥੋਂ ਫਿਰ ਆਪਾਂ ਹੌਲੀ ਹੌਲੀ ਕੰਮ ਕਰਦੇ ਆ, ਤਕਰੀਬਨ 10 ਸਾਲ ਤੋਂ ਉੱਤੇ ਹੋ ਗਿਆ ਆਪਾਂ ਨੂੰ ਕਮਿਊਨਿਟੀ ਦੀ ਸੇਵਾ ਕਰਦੇ ਆ, ਲੋਕਲਸ ਜਿਹੜੇ ਨੇ ਉਹਨਾਂ ਦੀ ਸੇਵਾ ਕਰਦੇ ਆ, ਔਰ ਹਰ ਕੋਈ ਮੁਸ਼ਕਿਲ ਆਵੇ ਉੱਥੇ ਅਸੀਂ ਪਹੁੰਚ ਹੀ ਜਾਂਦੇ ਟੀਮ ਲੈ ਕੇ ਵੀ ਉਹਦਾ ਹੱਲ ਕੱਢਣ। ਹਾਂ, ਮੈਂ ਪਿੱਛੇ ਵੀ ਦੇਖ ਰਿਹਾ ਸੀਗਾ ਕਿ ਤੁਸੀਂ COVID-19 ਦੇ ਵਿੱਚ ਵੀ ਤੁਸੀਂ ਬਹੁਤ ਜ਼ਿਆਦਾ ਸਰਗਰਮ ਰਹੇ ਆ, ਤੁਹਾਡੀ ਐਨ ਜੀ ਓ ਜਿੱਦਾਂ ਤੁਸੀਂ ਆਹ ਹਰ ਇੱਕ ਥਾਂ ਤੇ ਦੇਖਦਾ ਰਿਹਾ ਮੈਂ ਤੁਹਾਡੇ ਕਿ ਤੁਸੀਂ ਮਾਸਕ ਵਗੈਰਾ ਕਿ ਹੋਰ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਸੀਗੀਆਂ ਲੋਕਾਂ ਨੂੰ ਤੁਸੀਂ ਦਿੰਦੇ ਰਹੇ ਆ, ਤੇ ਤੁਸੀਂ ਮਤਲਬ ਇਹਦੇ ਵਿੱਚ ਤੁਸੀਂ ਸਮਾਜ ਸੇਵਾ ਦੇ ਵਿੱਚ ਤਾਂ ਚਲੋ ਮੈਂ ਮੰਨ ਲਿਆ ਕਿ ਤੁਸੀਂ ਇਹੋ ਕਰ ਰਹੇ ਆ, ਹੋਰ ਤੁਹਾਨੂੰ ਕੀ ਲੱਗ ਰਿਹਾ ਕਿ ਮਤਲਬ ਸਾਡੇ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ ਉਹਦੇ ਵਿੱਚ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਪ੍ਰਾਇਓਰਿਟੀ ਦਿੰਦੇ ਆ, ਕੀ ਮਤਲਬ ਮਹੱਤਤਾ ਦਿੰਦੇ ਆ, ਕਿ ਤੁਹਾਨੂੰ ਲੱਗਦਾ ਕਿ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਹਨ ਜਿਹੜੇ ਅੱਜ ਤੱਕ ਨਹੀਂ ਹੋ ਸਕੇ। ਜੇ ਆਪਣੇ 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 ਲੋਕਾਂ ਦੀ ਮੈਂ ਗੱਲ ਕਰਾਂ ਕਿ 100 ਸਾਲ ਤੋਂ ਵੱਧ ਸਾਲ ਦਾ ਸਮਾਂ ਹੋ ਗਿਆ, ਤੇ ਉਹਦੇ ਵਿੱਚ ਸਭ ਤੋਂ ਪਹਿਲੀ ਵੱਡੀ ਤਾਂ ਮੈਂ ਇਹੀ ਪ੍ਰਾਪਤੀ ਮੰਨਦਾ ਕਿ ਕਿਸੇ ਸਾਡੇ ਪੰਜਾਬੀ ਸਿੱਖ ਨੌਜਵਾਨ ਨੂੰ ਤੁਹਾਨੂੰ ਟਿਕਟ ਦਿੱਤੀ ਆ ਇਹਨਾਂ 100 ਸਾਲਾਂ ਦੇ ਵਿੱਚ, ਜਾਂ ਕਿਸੇ ਨੇ ਪਹਿਲਾਂ ਸੋਚਿਆ ਹੀ ਨਹੀਂ, ਜਾਂ ਲਾ ਲਓ ਕੋਈ ਜਿੱਦਾਂ ਹੁਣ ਤੁਸੀਂ 10 ਸਾਲ ਤੋਂ ਵੱਧ ਦਾ ਤੁਹਾਨੂੰ ਸਮਾਂ ਹੋ ਗਿਆ ਕਿ ਤੁਸੀਂ ਐਜ਼ ਏ ਸੋਸ਼ਲ ਵਰਕ ਕਰ ਰਹੇ ਆ ਨਾ, ਤੇ ਹੁਣ ਤੁਸੀਂ ਤੁਹਾਡਾ ਕੀ ਮਤਲਬ ਤੁਸੀਂ ਜਿਹੜੀਆਂ ਮੇਨ ਤੁਸੀਂ ਕਿਸ ਗੱਲ ਨੂੰ ਤੁਸੀਂ ਇੱਕ ਪ੍ਰੈਫਰੈਂਸ ਦਿਓਗੇ ਜਿਹੜੀਆਂ ਮੁਸ਼ਕਲਾਂ ਸਾਡੀਆਂ ਹੈਗੀਆਂ ਮਤਲਬ ਆਪਣੇ ਲੋਕਾਂ ਦੀਆਂ? ਵੀਰ ਜੀ, ਆਪਾਂ ਪਹਿਲਾਂ ਨਾ ਮੁਸ਼ਕਲਾਂ ਤੇ ਆਪਾਂ ਕੋਲ ਹੈਗੀਆਂ ਨੇ, ਬਹੁਤ ਮੁਸ਼ਕਲਾਂ ਨੇ, ਆਪਾਂ ਉਹਨਾਂ ਨੂੰ ਫੇਸ ਕਰਨਾ ਪੈਣਾ ਜੀ। ਤੇ ਆਪਾਂ ਪਹਿਲਾਂ ਇਹ ਦੇਖਣਾ ਆ ਵੀ ਇੰਨੇ ਚਿਰ ਬਾਅਦ ਕਿਉਂ ਇੱਕ ਪੰਜਾਬੀ ਉੱਠਿਆ, ਰਾਈਟ? ਕਿਉਂਕਿ ਆਪਾਂ ਨੂੰ ਪਹਿਲਾਂ ਇਹੋ ਜਿਹੀਆਂ ਗੱਲਾਂ 'ਚ ਆਪਣੇ ਬੰਦੇ ਨੂੰ ਵੈਸੇ ਜ਼ਿਆਦਾ ਵੀ ਸੈਂਸ ਨਹੀਂ ਗਾ ਵੀ ਆਪਣੇ ਤੋਂ ਪ੍ਰੋਬਲਮਸ ਕੀ ਹੋ ਰਹੀਆਂ ਨੇ ਕਮਿਊਨਿਟੀ 'ਚ ਜੀ, ਕਿਉਂਕਿ ਆਪਾਂ ਦੱਸਦੇ ਨਹੀਂ ਗੇ ਇੱਕ ਦੂਜੇ ਨੂੰ, ਆਪਾਂ ਘਰੋਂ ਘਰੀ ਅੰਦਰੋਂ ਅੰਦਰ ਹੀ ਫਿਰ ਆਪਣੇ ਮਨਾਂ 'ਚ ਹੀ ਰੱਖਦੇ ਹੋ ਚੀਜ਼ਾਂ, ਕੋਈ ਬਾਹਰ ਪਤਾ ਨਾ ਲੱਗ ਜੇ ਸਾਡੀ ਬੇਇੱਜ਼ਤੀ ਹੋ ਜੂ ਜਾਂ ਕਿੱਦਾਂ, ਨਾ ਘਰੋਂ ਘਰੀ ਇਹੋ ਹੀ ਹੈ ਪ੍ਰੋਬਲਮ ਵੈਸੇ ਜੀ ਜੀ ਜੀ। ਤੇ ਤੁਸੀਂ ਦੇਖੋ ਹੁਣ ਆਪਾਂ ਸੈਂਸ ਆਫ ਬਿਲੋਂਗਿੰਗਸ ਪਹਿਲਾਂ ਲਿਆਈਏ ਜੀ, ਵੀ ਜੇ ਆਪਾਂ ਇੱਥੇ ਜੰਮਪਲ ਨੇ, ਆਪਾਂ ਇੱਥੇ ਗਾਂ ਆਪਣੀ ਪੀੜ੍ਹੀ ਇੱਥੇ ਰਹਿਣੀ ਆ, ਜਿਨ੍ਹਾਂ ਨੇ ਵਿਆਹ ਕਰਾ ਕੇ ਇੱਥੇ ਰਹਿਣਾ, ਤੋਂ ਤੁਸੀਂ ਇੱਕ ਇਹੋ ਜਿਹਾ ਮਾਹੌਲ ਪਹਿਲਾਂ ਬਣਾਓ ਵੀ ਤੁਸੀਂ ਆਪਦਾ ਘਰ ਸਮਝੋ, ਇਹਨੂੰ ਪਹਿਲਾਂ ਆਪਦਾ ਘਰ ਸਮਝੋ ਜੀ, ਵੀ ਇਹ ਘਰ 'ਚ ਤੁਸੀਂ ਲਾਗੇ ਲਾਗੇ ਜੇ ਜਾ ਕੇ ਤੁਸੀਂ ਕਮਿਊਨਿਟੀ ਸਰਵਿਸ ਕਰੋਗੇ, ਫੁੱਲ ਲਾਓਗੇ ਤੇ ਖੁਸ਼ਬੂ ਤੁਹਾਨੂੰ ਹੀ ਆਉਣੀ ਹੈ ਜੀ ਜੀ ਜੀ, ਹੈ ਕਿ ਨਹੀਂ? ਤੋਂ ਆਪਾਂ ਇਹ ਦੇਖੀਏ ਵੀ ਪਹਿਲਾਂ ਵੀ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਆਪਣਾ ਹਾਊਸਿੰਗ ਦੀਆਂ ਪ੍ਰੋਬਲਮਸ ਨੇ ਜੀ, ਕਿਉਂਕਿ ਆਪਾਂ ਹੁਣ ਛੋਟੇ ਛੋਟੇ ਘਰਾਂ 'ਚ ਰਹਿ ਰਹੇ ਹਾਂ ਜੀ, ਜਿੱਥੇ ਆਪਾਂ ਨੂੰ ਹੁਣ ਪਹਿਲਾਂ ਤੇ 1-2 ਸਾਲ 'ਚ ਮਿਲ ਜਾਂਦੇ ਗਵਰਨਮੈਂਟ ਹਾਊਸ ਜੀ, ਹੁਣ ਉਹਨਾਂ ਦੀ ਰੈਂਟ ਵੀ ਸਸਤੀ ਹੁੰਦੀ ਜੀ ਜੀ, ਹੁਣ ਤੇ ਜੀ ਕਿਉਂਕਿ ਚਾਈਨਾ ਦੇ ਉਹ ਬੰਦੇ ਆ ਗਏ ਨੇ ਜੀ, ਬਹੁਤ ਮਹਿੰਗਾ ਹੋ ਗਿਆ, ਮਹਿੰਗਾ ਵੀ ਹੋ ਗਿਆ, ਰੈਂਟ ਵੀ ਮਹਿੰਗੇ ਹੋ ਗਏ ਤੇ ਪੋਪੂਲੇਸ਼ਨ ਵੀ ਵੱਧ ਗਈ ਆ ਜੀ, ਤੇ ਜਿਹੜੇ ਘਰ ਨੇ ਗਵਰਨਮੈਂਟ ਹੀ ਉਹ ਘੱਟ ਨੇ, ਹੁਣ ਬਣ ਰਹੇ ਆ ਪਰ ਉਹ ਮੇਰਾ ਖਿਆਲ 4-5 ਸਾਲ ਲੱਗਣਗੇ ਹੁਣ ਤਾਂ। ਆਈ ਥਿੰਕ ਮੇ ਬੀ ਮਤਲਬ ਕਾਫੀ ਟਾਈਮ ਵੇਟ ਕਰਨੀ ਪਾ ਰਹੀ ਆ, ਜਿੱਦਾਂ ਕੋਈ ਇਦਾਂ ਦੇ ਵੀ ਲੋਕ ਆ 4-4, 5-5, ਆਈ ਥਿੰਕ ਮੇ ਬੀ 6-6 ਸਾਲ ਵੀ ਹੋ ਗਿਆ ਜਿਨ੍ਹਾਂ ਨੂੰ ਹਾਲੇ ਤੱਕ ਘਰ ਨਹੀਂ ਮਿਲ ਰਿਹਾ। 8 ਸਾਲ ਦੇ ਵੀ ਬੰਦੇ ਨੇ ਜਿਨ੍ਹਾਂ ਨੂੰ ਅਜੇ ਘਰ ਨਹੀਂ ਮਿਲਿਆ, 9 ਸਾਲ ਦੇ ਵੀ ਨੇ, ਪਰ ਪ੍ਰੋਬਲਮ ਇਹ ਆ ਨਾ ਵੀ ਆਪਾਂ ਨੂੰ ਪਤਾ ਨਹੀਂ ਲੱਗਣ ਡਿਆ, ਜਿਨ੍ਹਾਂ ਨੇ ਅਪਲਾਈ ਕੀਤੇ ਆ ਉਹ ਜਾ ਕੇ ਪੁੱਛ ਨਹੀਂ ਕਰਦੇ, ਪੁੱਛਤਾਛ ਨਹੀਂ ਕਰਦੇ, ਉਹ ਬਸ ਉੱਥੇ ਬੈਠੇ ਆ ਵੀ ਚਿੱਠੀ ਦੇਣ ਜੇ ਜਦੋਂ ਮਿਲੂਗੀ ਤੇ ਆਪਾਂ ਜਾਵਾਂਗੇ। ਨਹੀਂ, ਤੁਸੀਂ ਜਾ ਕੇ ਉਹਨਾਂ ਨੂੰ ਪੁਸ਼ ਕਰੋ, ਜਾਂ ਤੁਸੀਂ ਕੋਈ ਬੰਦਾ ਪਾਓ ਤਾਂ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਕੋਲ ਪ੍ਰੋਬਲਮਸ ਹੈ। ਆਈ ਥਿੰਕ ਮੇ ਵੀ ਜਿੱਦਾਂ ਮੈਂ ਸੋਚ ਰਿਹਾ ਕਿ ਸਭ ਤੋਂ ਵੱਡੀ ਤਾਂ ਸਾਡੀ ਇੱਕ ਲੈਂਗੁਏਜ ਦੀ ਪ੍ਰੋਬਲਮ ਆ ਰਹੀ ਆ ਸਾਡੇ। ਮੈਂ ਦੇਖਿਆ ਇੱਥੇ ਜਿੱਦਾਂ ਮੈਨੂੰ ਵੀ ਇੱਥੇ 18-19 ਸਾਲ ਤਾਂ ਮੈਨੂੰ ਰਹਿੰਦੇ ਨੂੰ ਹੋ ਗਏ ਆ, ਸਾਡੇ ਲੋਕਾਂ ਦੀ ਇੱਕ ਜਿਹੜੀ ਮੇਨ ਮੁਸ਼ਕਲ ਆ ਸਿੱਧੇ ਸ਼ਬਦਾਂ ਦੇ ਵਿੱਚ, ਨਾ ਤਾਂ ਅਸੀਂ ਅੰਗਰੇਜ਼ੀ ਬੋਲ ਸਕਦੇ ਆ, ਚਾਈਨੀਜ਼ ਤਾਂ ਬਹੁਤ ਬਹੁਤ ਦੂਰ ਦੀ ਗੱਲ ਆ,
ਤੇ ਇੱਥੇ ਤਾਂ ਬੇਸਿਕਲੀ ਅਸੀਂ ਕਿਤੇ ਜੇ ਫਾਰ ਐਗਜ਼ਾਮਪਲ ਕਿਤੇ ਸਰਕਾਰੀ ਆਫਿਸ ਦੇ ਵਿੱਚ ਹੀ ਆਣਾ, ਘੱਟ ਤੋਂ ਘੱਟ ਜੇ ਚਾਈਨੀਜ਼ ਨਹੀਂ ਤਾਂ ਆਪਾਂ ਇੰਗਲਿਸ਼ ਦੇ ਵਿੱਚ ਤਾਂ ਗੱਲ ਕਰਾਂਗੇ। ਹਾਂਜੀ, ਉਹ ਸਾਡੀ ਉੱਥੇ ਦੇਖੋ ਇੱਕ ਕਿੱਡਾ ਵੱਡਾ ਲੈਂਗੁਏਜ ਬੈਰੀਅਰ ਦੀ ਕਿੱਡੀ ਵੱਡੀ ਪ੍ਰੋਬਲਮ ਹੈ ਵੀਰ ਜੀ। ਜੇ ਤੁਸੀਂ ਦੇਖੋ ਨਾ, ਬਹੁਤ ਜਿਹੜੇ ਚੀਨੇ ਨੇ ਨਾ, ਉਹਨਾਂ ਨੂੰ ਅੰਗਰੇਜ਼ੀ ਵੀ ਨਹੀਂ ਇੰਨੀ ਚੰਗੀ ਆਉਂਦੀ ਜੇ ਦਫ਼ਤਰਾਂ 'ਚ ਲੱਗੇ, ਇਹ ਮੈਂ ਤੁਹਾਨੂੰ ਦੱਸ ਸਕਦਾ। ਅਤੇ ਆਪਾਂ ਜਦੋਂ ਜਾਂਦੇ ਹਾਂ ਨਾ, ਆਪਣੇ ਜਿਹੜੇ ਜਾਂਦੇ ਜਿਨ੍ਹਾਂ ਨੂੰ ਕੈਂਟਨੀਸ ਨਹੀਂ ਆਉਂਦੀ ਜਾਂ ਇੰਗਲਿਸ਼ ਵੀ ਇੰਨੀ ਘੱਟ ਹੀ ਆਉਂਦੀ ਆ, ਉਹ ਜਾ ਕੇ ਉਹਨਾਂ ਨੂੰ ਮੋੜ ਦਿੰਦੇ ਅੱਗੋਂ, ਕੋਈ ਨਾ ਕੋਈ ਬਹਾਨਾ ਦੇ ਕੇ, ਚਲੋ ਜੀ ਆਹ ਫੋਰਮ ਭਰ ਦਿਓ ਅਗਲੀ ਵਾਰ ਆ ਦਿਓ, ਉਹ ਮੋੜ ਦਿੰਦੇ ਆਪਾਂ ਨੂੰ। ਜੇ ਕੋਈ ਆਪਣਾ ਕੋਈ ਬੰਦਾ ਜਾਵੇ ਨਾ ਨਾਲ ਜਿਹਨੂੰ ਪੂਰੀ ਕੈਂਟਨੀਸ 'ਚ ਨਹੀਂ ਆਉਂਦੀ ਹੋਵੇ, ਫਿਰ ਉਹਨਾਂ ਥੋੜ੍ਹਾ ਜਿਹਾ ਘਬਰਾ ਹੋ ਗਿਆ ਵੀ ਇਹਨਾਂ ਨੂੰ ਪਤਾ ਸਿਸਟਮ ਦਾ, ਫਿਰ ਉਹ ਉਸੇ ਵੇਲੇ ਕਰਕੇ ਦਿੰਦੇ ਕੰਮ। ਸਾਡੀ ਕਮਿਊਨਿਟੀ 'ਚ ਘਾਟ ਇਹੋ ਜਿਹੇ ਬੰਦੇ, ਰਾਈਟ, ਬੰਦੇ ਆਪਣੇ ਘੱਟ ਇਹੋ ਜਿਹੇ ਜਿਹੜਾ ਵੀ ਆ ਕੇ ਲੋਕਾਂ ਨੂੰ ਜਾ ਕੇ ਸਪੋਰਟ ਕਰਨ, ਉਹਨਾਂ ਦੇ ਨਾਲ ਚੱਲਣ ਜਿੱਥੇ ਜਾਣਾ, ਆਪਣੇ ਨਹੀਂ ਜਾਂਦੇ, ਸਪੋਰਟ ਹੀ ਨਹੀਂ ਕਰਦੇ। ਆਪਾਂ ਨੂੰ ਪਹਿਲਾਂ ਇੱਕ ਪਲੇਟਫਾਰਮ ਬਣਾਉਣਾ ਚਾਹੀਦਾ ਜਿੱਥੇ ਆਪਾਂ ਇਕੱਠੇ ਹੋਈਏ, ਜੋ ਕੁਛ ਮੁਸ਼ਕਲਾਂ ਆਉਂਦੀਆਂ ਨੇ ਉੱਥੇ ਜਾ ਕੇ ਆਪਾਂ ਦੱਸੀਏ ਇੱਕ ਦੂਜੇ ਨੂੰ, ਜਿਹੜਾ ਬੰਦਾ ਕੋਈ ਹੈਗਾ ਮਦਦ ਕਰਨ ਵਾਲਾ ਉਹਨੂੰ ਅਪਰੋਚ ਕਰੀਏ, ਉਹ ਗਾਂਹ ਜਾ ਕੇ ਫਿਰ ਉਹ ਮੁਸ਼ਕਲਾਂ ਦੱਸਣ ਲੋਕਾਂ ਨੂੰ। ਜੀ 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 ਬਿਲਕੁਲ ਬਿਲਕੁਲ। ਤੇ ਜਿੱਦਾਂ ਹੁਣ ਆਪਣਾ ਯੂਥ ਹੈ, ਯੂਥ ਦੇ ਬਾਰੇ ਅੱਜ ਤੋਂ ਮੈਨੂੰ ਲੱਗਦਾ ਕਿ ਜੇ 2004-5 ਦੀ ਗੱਲ ਕਰੀਏ ਤਾਂ ਅੱਜ ਦਾ ਤੁਸੀਂ ਦੱਸਦੇ, ਤੁਸੀਂ ਪ੍ਰਿਜਨ ਦੇ ਵਿੱਚ ਜੇਲ੍ਹ ਵਿਭਾਗ ਦੇ ਵਿੱਚ ਕੰਮ ਕੀਤਾ, ਉਹਨਾਂ ਸਮਿਆਂ ਦੇ ਵਿੱਚ ਮਤਲਬ ਇੱਕ ਉੱਥੇ ਕੰਪਲਸਰੀ ਨਹੀਂ ਹੁੰਦਾ ਸੀਗਾ ਕਿ ਤੁਹਾਨੂੰ ਚਾਈਨੀਜ਼ ਪੜ੍ਹਨੀ ਲਿਖਣੀ ਆਉਂਦੀ ਚਾਹੀਦੀ ਆ, ਇਹ ਸ਼ਾਇਦ ਬਾਅਦ ਵਿੱਚ ਹੋ ਚੁੱਕਿਆ ਸੀ ਨਾ ਕਿ ਜਿਹੜੇ ਜਿਹੜੇ ਹੁਣ ਦੇ ਨੌਜਵਾਨ ਆ, ਜੇ ਕਿਸੇ ਉਹ ਜਿੱਦਾਂ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਨਗੇ ਤਾਂ ਉਹਨਾਂ ਨੂੰ ਉਹ ਮਸਟ ਜਿੰਨੀ ਜ਼ਰੂਰੀ ਕਰਤਾ ਹਾਂਗਕਾਂਗ ਵਾਲਿਆਂ ਨੇ। ਜਿੱਦਾਂ ਪਹਿਲਾਂ ਤੁਸੀਂ ਜੇਲ੍ਹਾਂ ਦੇ ਵਿੱਚ ਦੱਸਦੇ ਕੰਮ ਕਰਦੇ ਕਿ ਤੁਸੀਂ ਲੈਂਗੁਏਜ ਬੋਲਦੇ ਸੀ, ਪਰ ਜੇ ਤੁਸੀਂ ਲਿਖਣੀ ਜਾਂ ਪੜ੍ਹਨੀ ਨਹੀਂ ਆਉਂਦੀ ਸੀ ਉਹ ਚੱਲ ਜਾਂਦਾ ਸੀ, ਹੁਣ ਇਹ ਵੀ ਜ਼ਰੂਰੀ ਹੋ ਚੁੱਕਾ। ਰਾਈਟ, ਜ਼ਰੂਰੀ ਹੈ ਵੀਰ ਜੀ, ਕਿਉਂਕਿ ਉਹਨਾਂ ਦੇ ਹੁਣ ਐਜੂਕੇਸ਼ਨ ਸਿਸਟਮ 'ਚ ਨਾ, ਕਿਉਂਕਿ ਉਹਨਾਂ ਦੇ ਦਿਮਾਗ 'ਚ ਇਹ ਆ ਗਵਰਨਮੈਂਟ ਜੇ ਤੁਸੀਂ ਇੱਥੇ ਦੇ ਜੰਪ ਪਾ ਲਿਆ ਨਾ, ਇੱਕ ਨੈਸੈਸਰੀ ਆ ਵੀ ਤੁਸੀਂ ਕੈਂਟਨੀ ਸਿੱਖਣੀ ਸਿੱਖਣੀ ਹੈ। ਰਾਈਟ, ਹਾਂਜੀ, ਜੇ ਤੁਸੀਂ ਕੈਂਟਨੀ ਸਿੱਖ ਕੀ ਸਿੱਖ ਲਈ ਜਾਂ ਨਹੀਂ ਸਿੱਖੀ, ਪਰ ਉਹ ਜਿਹੜੇ ਗਵਰਨਮੈਂਟ ਜੋਬਸ ਆ ਜਾਂ ਬਾਹਰਲੇ ਤੁਸੀਂ ਜੋਬਸ ਕਰੋਗੇ, ਉੱਥੇ ਜੇ ਬੇਸਿਕ ਚਾਈਨੀਜ਼ ਤੁਹਾਨੂੰ ਆਉਣੀ ਪੈਣੀ ਹੈ, ਕਿਉਂਕਿ ਤੁਸੀਂ ਹੁਣ ਜੇ ਦੇਖੋਗੇ ਨਾ, ਬਹੁਤ ਫੋਰਮਸ ਆ ਜਿਹੜੇ ਜਾਂ ਭਰਨੇ ਪੈਂਦੇ, ਜਾਂ ਕਿੱਥੇ ਵੀ ਚੱਲ ਜਾਓ, ਔਰ ਤੁਸੀਂ ਬਿਲਡਿੰਗਾਂ 'ਤੇ ਚੱਲ ਜਾਓ, ਗੌਰਮੈਂਟ 'ਚ ਸਾਰਾ, ਹੁਣ ਤੁਸੀਂ ਆਹ ਵੇਖ ਲਓ ਸਾਰੇ ਚੀਨੀ 'ਤੇ ਲਾਇਆ ਆ। ਜੀ ਹਾਂਜੀ ਬਿਲਕੁਲ, ਜਿੱਦਾਂ ਹੁਣ ਦੂਰ ਕੀ ਜਾਣਾ ਆਪਾਂ ਸੁਪਰ ਮਾਰਕੀਟਾਂ ਦੇਖ ਲਓ, ਉੱਥੇ ਵੀ ਉਹ ਨਹੀਂ, ਹਰ ਇੱਕ ਅੱਗੇ ਥੋੜਾ ਬਹੁਤ ਇੰਗਲਿਸ਼ 'ਚ ਹੁੰਦਾ ਸੀ, ਹੁਣ ਤਾਂ ਜੀ ਟੋਟਲੀ ਉਹ ਕਰਤਾ ਕਿ ਹਰ ਇੱਕ ਚੀਜ਼ ਹੀ ਚਾਈਨੀਜ਼ ਲਿਖੀ ਹੈ, ਸਾਰਾ ਚੀਜ਼ ਚਾਈਨੀਜ਼ 'ਚ ਕਰਤਾ ਵੀਰ ਜੀ। ਤਾਂ ਕਰਕੇ ਅਸੀਂ ਹੁਣ ਫਾਈਟ ਕਰ ਰਹੇ ਹਾਂ ਆਪਣੀ ਕਮਿਊਨਿਟੀ ਲਈ, ਵੀ ਜਿੱਥੇ ਹੁਣ ਗਵਰਨਮੈਂਟ ਬਿਲਡਿੰਗਾਂ, ਜਿੱਥੇ ਵੀ ਕੋਈ ਚਾਈਨੀਜ਼ ਦਾ ਲਿਖਿਆ ਹੋਵੇ ਉੱਥੇ ਅੰਗਰੇਜ਼ੀ ਨਾ ਹੋਵੇ। ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਦੱਸੋ, ਅਸੀਂ ਲਵਾਵਾਂਗੇ ਇੰਗਲਿਸ਼, ਕਿਉਂਕਿ ਇਹ ਇੱਕ ਫਰਜ਼ ਬਣਦਾ ਗੌਰਮੈਂਟ ਦਾ ਵੀ ਨਾ। ਜੀ ਜੀ, ਵੀ ਜਿੱਥੇ ਚਾਈਨੀਜ਼ ਹੈ ਨਾ ਉੱਥੇ ਇੰਗਲਿਸ਼ ਵੀ ਚਾਹੀਦੀ ਹੈ, ਇਹ ਬੇਸਿਕ ਬੇਸਿਕ ਲਾਅ 'ਚ ਲਿਖਿਆ ਆ, ਨੈਸੈਸਰੀ ਹੈ। ਹਾਂ, ਜਿੱਦਾਂ ਹੁਣ ਜਿਹੜੇ ਪੁਰਾਣੇ ਹੈਗੇ ਆਪਣੇ ਲੋਕ ਹੈਗੇ ਆ, ਉਹਨਾਂ ਨੂੰ ਤਾਂ ਵਿਚਾਰੇ ਨੂੰ ਮੈਂ ਉਹੀ ਗੱਲ ਕਰਦਾ ਕਿ ਜਿੱਦਾਂ ਨਾ ਬੋਲਣੀ ਆਉਂਦੀ ਆ, ਲਿਖਣੀ ਪੜ੍ਹਨੀ ਤਾਂ ਬੜੀ ਦੂਰ ਦੀ ਗੱਲ ਹੈ ਨਾ, ਜਿੱਦਾਂ ਸਾਰਾ ਕੁਛ ਹੀ ਹੁਣ ਇਹ ਕਰੀ ਜਾ ਰਹੇ ਚਾਈਨੀ ਦੇ ਵਿੱਚ। ਚਲੋ ਤੁਹਾਡੀ ਇਹ ਤਾਂ ਇਹ ਮੰਨ ਲਈ ਕਿ ਜਿੱਦਾਂ ਹੁਣ ਇਹ ਤੁਸੀਂ ਇਹ ਜਿਹੜੀਆਂ ਗੱਲਾਂ ਕੀਤੀਆਂ, ਹੁਣ ਜਿਹੜਾ ਵੋਟਾਂ ਦੇ ਵਿੱਚ ਤੁਸੀਂ ਰੱਬ ਕਰੇ ਤੁਸੀਂ ਜਿੱਤੀ ਜਾਂਦੇ ਆ, ਤੁਸੀਂ ਕਿਹੜੀਆਂ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਤੁਸੀਂ ਪ੍ਰਾਇਓਰਟੀ ਦਿਓਗੇ, ਜਿਹੜੇ ਕੰਮ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਆ ਯੂਥ ਬਾਰੇ, ਜਾਂ ਕੋਈ ਤੁਸੀਂ ਕੀ ਸੋਚਦੇ ਆ ਐਲਡਰੀ ਬਾਰੇ, ਜਾਂ ਕੋਈ ਹੋਰ ਜਿਹੜੀਆਂ ਮੇਨ ਕੋਈ ਗੱਲਾਂ ਹੁੰਦੀਆਂ ਜਿਹਨੂੰ ਤੁਸੀਂ ਪਹਿਲ ਦੇ ਆਧਾਰ ਤੇ ਕਰੋਗੇ? ਵੀਰ ਜੀ, ਆਪਣੇ 3-4 ਪ੍ਰੋਬਲਮਸ ਨੇ। ਇੱਕ ਤਾਂ ਇਹ ਹੋ ਗਿਆ ਐਲਡਰਲੀ, ਇੱਕ ਯੂਥ ਦਾ ਹੈ ਨਾ, ਇੱਕ ਐਜੂਕੇਸ਼ਨ ਦਾ ਆ ਗਿਆ, ਇੱਕ ਹਾਊਸਿੰਗ ਦਾ ਆ ਗਿਆ, ਇੱਕ ਮੈਂਟਲ ਹੈਲਥ ਦਾ ਹੋ ਗਿਆ। ਹਾਂਜੀ, ਕਿਉਂਕਿ ਜਿਹੜਾ ਯੂਥ ਐਲਡਰਲੀ ਆ ਨਾ, ਉਹਨਾਂ ਨੂੰ ਤੁਸੀਂ ਦੇਖੋ ਜਦੋਂ ਜਾਂਦੇ ਆ ਹੋਸਪਿਟਲ ਆਪਣੇ ਐਲਡਰਲੀ, ਡਾਕਟਰ ਦੇਖ ਜਾਂਦੇ ਜਾਂ ਅਪੋਇੰਟਮੈਂਟ ਹੁੰਦੀ ਆ ਉਹਨਾਂ ਦੀ, ਜੇ ਤੁਸੀਂ ਉਹਨਾਂ ਨੂੰ ਕਹੋਗੇ ਸਾਨੂੰ ਭਾਸ਼ਾ ਨਹੀਂ ਆਉਂਦੀ ਚਾਈਨੀਜ਼, ਫਿਰ ਉਹ ਟਰਾਂਸਲੇਟਰ ਘੱਲਣਗੇ ਉਹਦਾ ਤੁਹਾਡੇ ਨਾਲ ਜਾਣ। ਪਰ ਜੇ ਤੁਸੀਂ ਐਮਰਜੈਂਸੀ ਆ ਜੇ ਤੁਹਾਨੂੰ ਕੋਈ, ਜਿੱਦਾਂ ਆਪਣੇ ਐਲਡਰਲੀ ਜਾਂਦੇ ਆ, ਆਪਣੇ ਮਾਤਾ ਪਿਤਾ ਜਾਂਦੇ ਜਾਂ ਉੱਥੇ ਐਮਰਜੈਂਸੀ ਜਾਣਗੇ ਹੋਸਪਿਟਲ, ਉੱਥੇ ਜਾ ਕੇ ਉਹਨਾਂ ਨੂੰ ਗੱਲ ਹੀ ਨਹੀਂ ਆਉਂਦੀ, ਉਹਨਾਂ ਨੇ ਸਿਰਫ ਦਵਾਈ ਦੇ ਦੇਣੀ, ਚਲੋ ਵੀ ਜਾਓ ਘਰੇ ਘਰੋ ਘਰੇ, ਹੈ ਜੀ। ਫਿਰ ਉਹ 'ਚ ਇਹ ਪ੍ਰੋਬਲਮ ਪੈ ਜਾਂਦੀ ਹੈ, ਜੇ ਉਹ ਉਹਨਾਂ ਦੇ ਸਰੀਰ 'ਚ ਇਲਨੈਸ ਹੁੰਦੀ ਆ ਬਿਮਾਰੀ, ਉਹ ਫਿਰ ਉਹ ਟਾਈਮ 'ਤੇ ਤੁਸੀਂ ਕਿਊਰ ਨਹੀਂ ਕਰ ਸਕੇ, ਉਹ ਫਿਰ ਬਿਮਾਰੀ ਹੌਲੀ ਹੌਲੀ ਵੱਧ ਜਾਂਦੀ ਹੈ। ਜੇ ਆਪਣਾ ਕੋਈ ਹੋਸਪਿਟਲ 'ਚ ਲੱਗਾ ਹੋਵੇ ਆਪਣਾ ਕੋਈ, ਤੇ ਉੱਥੇ ਉਸੇ ਵੇਲੇ ਟ੍ਰਾਂਸਲੇਸ਼ਨ ਕਰ ਸਕਦਾ। ਆਪਣੇ ਤਾਂ ਹੁਣ ਆਈ ਥਿੰਕ ਮੇਬੀ ਕੁਛ ਡਾਕਟਰ ਵੀ ਹੈਗੇ ਆ ਜਿਹੜੇ ਹੁਣ ਥੋੜ੍ਹੇ ਹੀ ਆ, ਕੋਈ 2-4 ਮੁੰਡੇ ਹੋਣਗੇ,
ਜਾਂ ਹੋਰ ਦੂਸਰੇ ਕਾਫੀ ਮਹਿਕਮਿਆਂ ਦੇ ਵਿੱਚ ਜਿੱਦਾਂ ਆਪਣੇ ਸੋਲਿਸਟਰ ਹੋ ਗਏ ਜਾਂ ਪੁਲਿਸ ਦੇ ਵਿੱਚ ਹੋ ਗਏ, ਤੁਸੀਂ ਵੀ ਪਿੱਛੇ ਐਕਟੀਵਿਟੀਆਂ ਮੈਂ ਤੁਹਾਡੀਆਂ ਦੇਖੀਆਂ, ਅਸੀਂ ਤੁਹਾਡੀਆਂ ਖਬਰਾਂ ਲਾਉਂਦੇ ਰਹਿੰਦੇ ਆ ਕਿ ਜਿੱਦਾਂ ਤੁਸੀਂ ਇੱਕ ਵਾਰੀ ਪਿੱਛੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਕ ਪੁਲਿਸ ਰਿਕਰੂਟਮੈਂਟ ਦਾ ਕੁਛ ਫੰਕਸ਼ਨ ਕਰਵਾਇਆ ਸੀਗਾ, ਹੋਰ ਤੁਸੀਂ ਮਤਲਬ ਮੌਕੇ ਮੌਕੇ ਤੇ ਹਰ ਇੱਕ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਆਪਣੇ ਕਮਿਊਨਿਟੀ ਲਈ ਕੰਮ ਕਰਦੇ ਰਹਿੰਦੇ ਆ, ਤੇ ਹੁਣ ਸਾਡੇ ਦਰਸ਼ਕਾਂ ਨੂੰ ਕੋਈ ਕੀ ਕਹਿਣਾ ਚਾਹੁੰਦੇ ਹੋ? ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਇਸ ਯਾਰ ਕੀ ਸਾਨੂੰ ਇੱਕ ਮੌਕਾ ਮਿਲਿਆ ਪੰਜਾਬੀਆਂ ਨੂੰ 100 ਕੁਛ ਸਾਲ ਬਾਅਦ, 100 ਸਾਲ ਤੋਂ ਜ਼ਿਆਦਾ ਜੀ, ਰਾਈਟ, ਹਾਂਜੀ ਜੀ, 100 ਸਾਲ ਤੋਂ ਜ਼ਿਆਦਾ ਜੀ ਜੀ, ਵੀ ਆਪਣਾ ਕੋਈ ਪੰਜਾਬੀ ਆਪਣਾ ਕੋਈ ਸਿੱਖ ਨਹੀਂ ਕਦੀ ਇਲੈਕਸ਼ਨ 'ਚ ਹੋਇਆ, ਇਹ ਤੇ ਸਿਰਫ ਇੱਕ ਸ਼ੁਰੂਆਤ ਆ ਵੀਰ ਜੀ, ਜੀ ਜੀ, ਇੱਕ ਪਲੈਟਫਾਰਮ ਆ ਜਿੱਥੇ ਆਪਾਂ ਸ਼ੁਰੂਆਤ ਕਰਾਂਗੇ, ਜੇ ਆਪਾਂ ਨੂੰ ਸੀਟ ਮਿਲ ਗਈ ਆਪਾਂ ਗਾਂਹ ਤੱਕ ਵੀ ਵੱਧ ਸਕਦੇ ਹਾਂ ਹੌਲੀ ਹੌਲੀ, ਜਿੱਥੇ ਆਪਾਂ ਨੂੰ ਆਪਣੀ ਕਮਿਊਨਿਟੀ ਨੂੰ ਵੀ ਅਹਿਸਾਸ ਹੋਊਗਾ ਵੀ ਆਪਣੇ ਲਈ ਬੋਲਣ ਲਈ ਵੀ ਕੋਈ ਹੈਗਾ, ਆਪਣੀਆਂ ਮੁਸ਼ਕਲਾਂ ਸੋਲਵ ਕਰਨ ਲਈ ਵੀ ਕੋਈ ਹੈਗਾ ਆਪਣਾ, ਹਨਾ ਜੀ ਜੀ, ਤੇ ਉੱਥੋਂ ਆਪਾਂ ਫਿਰ ਯੂਥ ਨੂੰ ਬਿਲਡ ਅਪ ਕਰ ਸਕਦੇ ਹਾਂ, ਉਹਨਾਂ ਨੂੰ ਕਿੱਦਾਂ ਬਿਲਡ ਅਪ ਕਰਨਾ ਵੀ ਜੇ ਅਸੀਂ ਬਣ ਸਕਦੇ ਹਾਂ ਤੇ ਆਉਣ ਵਾਲੇ ਫਿਊਚਰ ਤੁਸੀਂ ਵੀ ਇੱਥੇ ਤੱਕ ਆ ਸਕਦੇ ਜੀ, ਹੈ ਵੀਰ ਜੀ, ਇੱਥੇ ਤੱਕ ਉਹਨਾਂ ਨੂੰ ਆਉਣਾ ਚਾਹੀਦਾ ਕਿਉਂਕਿ ਗਾਂ ਉਹਨਾਂ ਨੇ ਇੱਥੇ ਰਹਿਣਾ, ਹੌਂਗਕੌਂਗ ਤੇ ਉਹਨਾਂ ਨੇ ਸਾਂਭਣਾ ਨਾ ਜੀ ਜੀ ਜੀ, ਤੇ ਜੇ ਉਹਨਾਂ ਨੇ ਇੱਥੇ ਰਹਿਣਾ ਤੇ ਉਹਨਾਂ ਨੂੰ ਫਿਰ ਬਾਹਰ ਆਉਣਾ ਪੈਣਾ, ਕਮਿਊਨਿਟੀ ਸਰਵਿਸ ਤੁਸੀਂ ਇਲੈਕਸ਼ਨ 'ਚ ਖੜੋ, ਗਵਰਨਮੈਂਟ ਦੀਆਂ ਜੋਬਾਂ 'ਚ ਆਓ, ਕਿਉਂਕਿ ਆਪਣੀ ਜਿਹੜੀ ਕਮਿਊਨਿਟੀ ਆ ਆਪਣੇ ਜਿਹੜੇ ਮੁਸ਼ਕਲਾਂ ਨੇ ਉਹ ਆਪਣੇ ਬੰਦੇ ਹੀ ਸਾਂਭ ਸਕਦੇ ਨੇ, ਉਹਨਾਂ ਨੂੰ ਪਤਾ ਵੀ ਆਪਾਂ ਕਿੱਦਾਂ ਸਾਂਭਣਾ, ਜੇ ਤੁਸੀਂ ਕਹੋ ਨਾ ਚੀਨਾ ਕੋਈ ਆ ਕੇ ਆਪਣਾ ਨੂੰ ਫਿਕਸ ਕਰ ਦੂ ਜਾਂ ਆਪਣੇ ਪ੍ਰੋਬਲਮ ਸੋਲਵ ਕਰ ਦੂ, ਉਹ ਨਹੀਂ ਹੋ ਸਕਦਾ ਕਿਉਂਕਿ ਆਪਣਾ ਪਹਿਲੀ ਗੱਲ ਆ ਆਪਣਾ ਕਲਚਰ ਨਹੀਂ ਸੇਮ, ਹਨਾ, ਆਪਣਾ ਬਹਿਣਾ ਖਲੋਣਾ ਸੇਮ ਨਹੀਂ ਗਾ, ਆਪਣਾ ਲੈਂਗੁਏਜ ਦਾ ਵੀ ਨਹੀਂ ਸੇਮ, ਤੇ ਉਹਨਾਂ ਨੂੰ ਕਈ ਵਾਰੀ ਜਦੋਂ ਉਹ ਚਾਈਨੀਜ਼ ਜਾਂਦੇ ਨੇ ਆਪਣੇ ਕੋਲ ਸੋਲਵ ਕਰਨ ਪ੍ਰੋਬਲਮ, ਆਪਾਂ ਨੂੰ ਦੱਸ ਨਹੀਂ ਪਾਉਂਦੇ ਚੰਗੀ ਤਰ੍ਹਾਂ, ਕਿਉਂਕਿ ਆਪਾਂ ਨੂੰ ਇਹ ਮਹਿਸੂਸ ਹੁੰਦਾ ਵੀ ਕੋਈ ਬਾਹਰਲਾ ਬੰਦਾ ਆ ਗਿਆ ਆਪਾਂ ਨੂੰ ਕੀ ਚੀਜ਼ ਦੱਸਣੀ, ਅਸੀਂ ਦੱਸ ਨਹੀਂ ਸਕਦੇ, ਹੈਂਜੀ, ਤੋ ਸਾਰਿਆਂ ਨੂੰ ਇਹ ਬੇਨਤੀ ਆ ਵੀ ਆਪਣਾ ਇੱਕ ਪੰਜਾਬੀਆਂ ਨੂੰ ਇੱਕ ਚਾਂਸ ਮਿਲਿਆ ਇਹ ਮੌਕਾ ਸਾਂਭਣ ਵਾਲਾ, ਕਿਉਂਕਿ ਗਾਹਾਂ ਪਤਾ ਨਹੀਂ ਆਪਾਂ ਨੂੰ ਮੌਕਾ ਆਵੇਗਾ ਨਾ, ਕਿਉਂਕਿ ਤੁਹਾਨੂੰ ਪਤਾ ਹੁਣ ਸਰਕਾਰ ਵੀ ਟਿਕਟ ਲੈਣ ਵੀ ਮੁਸ਼ਕਿਲ ਆ, ਕਿਉਂਕਿ ਜਿੱਦਾਂ ਹੁਣ ਕੋਈ ਵੀ ਕਮਿਊਨਿਟੀ ਸਰਵਿਸ ਕੀਤੀ ਆ ਆਪਾਂ ਇੰਨੇ ਸਾਲ ਕੀਤੀ ਆ, ਆਪਾਂ ਵੀ ਰੈਕਗਨਾਈਜ਼ਡ ਹੋ ਗਏ ਹੌਂਗਕੌਂਗ 'ਚ, ਤਾਂ ਕਰਕੇ ਹੀ ਆਪਾਂ ਨੂੰ ਗਾਹ ਕੀਤਾ, ਨਹੀਂ ਤੇ ਆਪਾਂ ਵੀ ਨਹੀਂ ਗਾਹ ਆਉਣਾ ਸੀਗਾ, ਇਹ ਤੇ ਫਿਰ ਆਪਾਂ ਜਿੱਦਾਂ ਆਪਾਂ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਸੇਵਾ ਕਰੋ ਸਾਰਿਆਂ ਦੀ, ਸਰਬੱਤ ਦਾ ਭਲਾ ਕਰੋ ਸਾਰਿਆਂ ਦਾ, ਹਨਾ ਜੀ, ਤੇ ਮੈਂ ਚਾਹੁੰਦਾ ਵੀ ਆਪਣੀ ਕਮਿਊਨਿਟੀ, ਪੈਸੇ ਆਪਾਂ ਬਹੁਤ ਕਮਾ ਲਏ ਆ ਕਮਿਊਨਿਟੀ ਨੇ, ਵੀ ਤੁਸੀਂ ਥੋੜਾ ਜਿਹਾ ਟਾਈਮ ਕੱਢ ਕੇ ਆਓ ਕਿਉਂਕਿ ਇਹ ਹੌਂਗਕੌਂਗ ਤੁਹਾਡਾ ਵੀ ਆ, ਤੁਸੀਂ ਗਿਫਟ ਬੈਕ ਟੂ ਕਮਿਊਨਿਟੀ ਕਰਨਾ ਹੀ ਕਰਦਾ, ਜੇ ਤੁਸੀਂ ਇੱਥੇ ਰਹਿ ਰਹੇ ਹੋ ਨਾ ਤੁਸੀਂ ਚੀਨੀਆਂ ਦਾ ਵੀ ਜਾ ਆ ਕੇ ਮਦਦ ਕਰੋ, ਜਿਹਨਾਂ ਨੂੰ ਗਰੀਬ ਲੋੜਵੰਡ ਆ ਮਦਦ ਕਰੋ ਬਾਹਰ ਆ ਕੇ, ਕਿਉਂਕਿ ਆਪਣੇ ਧਰਮ 'ਚ ਹੀ ਇਹ ਹੋਇਆ ਵੀ ਹਿਊਮੈਨਿਟੀ, ਤੁਸੀਂ ਮਦਦ ਕਰਨੀ ਹੈ ਸਾਰਿਆਂ ਦੀ, ਹਨਾ, ਸੋ ਇਹੋ ਹੀ ਇੱਕ ਚੀਜ਼ ਆ ਵੀਰ ਜੀ, ਵੀ ਉਹ ਤੇ ਮੈਂ ਤੁਰਨ ਡਿਆ ਜਿੱਦਾਂ ਵੀ ਆਪਣੇ ਗੁਰੂਆਂ ਨੇ ਦੱਸਿਆ ਵੀ ਉਹ ਚੀਜ਼ ਤੇ ਤੁਰੋ ਤੇ ਰੈਕਗਨਾਈਜ਼ਡ ਹੋ ਜਾਓਗੇ ਹੌਲੀ ਹੌਲੀ, ਵੀ ਉਹਨਾਂ ਨੂੰ ਪਤਾ ਲੱਗਿਆ ਵੀ ਹਾਂਜੀ ਪੰਜਾਬੀ ਕਮਿਊਨਿਟੀ 'ਚ ਵੀ ਸੇਵਾ ਕਰਨ ਡੇ ਜੇ ਲੋਕੀ, ਹਾਂਜੀ, ਤੇ ਚਲੋ ਫਿਰ ਆਉਣ ਵਾਲੇ ਸਮੇਂ 'ਚ ਦੇਖੋ ਫਿਰ ਹੁਣ ਵੀ ਸਪੋਰਟ ਤੇ ਆਪਣੀ ਕਮਿਊਨਿਟੀ ਦੀ ਚਾਹੀਦੀ ਵੈਸੇ, ਤੇ ਕਮਿਊਨਿਟੀ ਬਗੈਰ ਕੁਛ ਨਹੀਂ ਹੋ ਸਕਦਾ, ਕਮਿਊਨਿਟੀ ਨੂੰ ਏਕਾ ਆਉਣਾ ਚਾਹੀਦਾ ਜੀ ਜੀ, ਏਕਾ ਬਹੁਤ ਜ਼ਰੂਰੀ ਹੈ ਕਿ ਦੇਖੋ ਕਹਿੰਦੇ ਹੁੰਦੇ ਨਾ ਜਿੱਥੇ ਏਕਾ ਉੱਥੇ ਸਾਰਾ ਕੁਝ ਹੋ ਜਾਂਦਾ ਨਾ, ਚਲੋ ਅਸੀਂ ਵੀ ਇਹ ਅਰਦਾਸ ਕਰਦੇ ਆ ਕਾਮਨਾ ਕਰਦੇ ਆ ਕਿ ਜਿਹੜਾ ਤੁਸੀਂ ਮਕਸਦ ਲੈ ਕੇ ਚੱਲੇ ਆ ਪ੍ਰਮਾਤਮਾ ਤੁਹਾਨੂੰ ਤੁਹਾਡੇ ਉਸ ਚੀਜ਼ ਦੇ ਵਿੱਚ ਕਾਮਯਾਬ ਕਰੇ, ਤੇ ਆ ਮਤਲਬ ਹੋਰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਆਪਣੀ ਕਮਿਊਨਿਟੀ ਲਈ ਕੰਮ ਕਰ ਸਕੋ, ਤੁਸੀਂ ਟਾਈਮ ਦਿੱਤਾ ਭਾਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਬੈਸਟ ਆਫ ਲੱਕ।